ਸੂਬਾ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਨਾਜ ਮੰਡੀਆਂ ਵਿੱਚ ਪਈ ਕਣਕ ਦੀ ਜਲਦੀ ਬੋਲੀ ਕਰਕੇ ਖਰੀਦਦਾਰੀ ਕੀਤੀ ਜਾਵੇ ਤਾਂ ਜੋ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆ ਸਕੇ। ਤਸਵੀਰਾਂ ਧੁਰੀ ਅਨਾਜ ਮੰਡੀ ਦੀਆਂ ਹਨ ਜਿੱਥੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦ ਸਿੰਘ ਕੁੱਲੀ ਅਤੇ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ OSD ਓਂਕਾਰ ਸਿੰਘ ਨਾਲ ਧੁਰੀ ਦੀਆਂ ਵੱਖ ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਸਰਕਾਰੀ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਕਣਕ ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦ ਸਿੰਘ ਕੁੱਲੀ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਧੁਰੀ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਜਲਦੀ ਤੋਂ ਜਲਦੀ ਖਰੀਦ ਕੀਤੀ ਜਾ ਰਹੀ ਹੈ। ਮਾਨਸਾ ਦੀ ਸਰਕਾਰ ਨੇ ਮੰਡੀਆਂ 'ਤੇ ਜਦੋਂ ਵੀ ਕਿਸਾਨਾਂ ਨਾਲ ਗੱਲ ਹੋਈ ਹੈ ਸਾਡੀ ਕਿ ਜਦੋਂ ਵੀ ਆਉਂਦੇ ਨੇ ਆਉਣ ਸਾਰ ਰੇਟ ਲੱਗਦਾ ਔਰ ਨਾਲ ਦੀ ਨਾਲ ਉਹਨਾਂ ਦੀ ਬੋਰੀਆਂ 'ਚ ਭਰੀ ਜਾਂਦੀ ਹੈ, ਤਲਾਈ ਹੋ ਜਾਂਦੀ ਹੈ ਅਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਪਰ ਜੋ ਸਾਨੂੰ ਪ੍ਰਧਾਨ ਜੀ ਨੇ ਦੱਸਿਆ ਕੋਈ 1-2 ਕਮੀਆਂ ਨੇ ਉਹ ਵੀ ਲੱਗੇ ਹੋਏ ਸਾਡੇ OSD ਓਂਕਾਰ ਸਿੰਘ ਜੀ, ਸਾਡੇ ਢਿੱਲੋਂ ਸਾਹਿਬ ਸਰ ਪ੍ਰਧਾਨ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਉਹ ਵੀ ਜਿਹੜੀ ਮਾੜੀ ਮੋਟੀ ਕਮੀ ਹੈ ਉਹ ਵੀ 1 ਦਿਨ 'ਚ ਆਪਾਂ ਪੂਰੀ ਕਰਕੇ ਜੋ ਲਿਫਟਿੰਗ ਵਾਲੀ ਪ੍ਰੋਬਲਮ ਹੈ ਉਹਨੂੰ ਵੀ ਆਪਾਂ ਹੱਲ ਕਰਕੇ ਦੂਰ ਕਰਾਂਗੇ। ਇਸ ਮੌਕੇ 'ਤੇ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਅਗਰ ਅਨਾਜ ਖਰੀਦਣ ਵਿੱਚ ਕੋਈ ਵੀ ਅਧਿਕਾਰੀ ਦੇਰੀ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਰ, ਉਹ ਸਖ਼ਤ ਤਾੜਨਾ ਉਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਦੀ ਵਜ੍ਹਾ ਕਰਕੇ ਮੰਡੀਆਂ ਦੇ ਵਿੱਚ ਸਮੱਸਿਆ ਕ੍ਰੀਏਟ ਹੁੰਦੀ ਆ, ਉਹ ਕੁਰਸੀਆਂ ਛੱਡ ਕੇ ਦਫ਼ਤਰਾਂ ਛੱਡ ਕੇ ਅੱਜ ਬੋਲ ਵੀ ਦਿੱਤਾ ਗਿਆ ਅਤੇ ਸਪਸ਼ਟ ਹਦਾਇਤ ਆ ਉਹ ਮੰਡੀਆਂ 'ਚ ਜਾਣ, ਲੋਕਾਂ ਦੀਆਂ ਸਮੱਸਿਆਵਾਂ ਸੁਣ। ਔਰ ਜਿਹੜਾ ਵੀ ਅਫਸਰ ਅਣਗਹਿਲੀ ਕਰੇਗਾ ਮਾਨਸਾ ਦੀ ਸਰਕਾਰ ਉਹਨੂੰ ਬਖਸ਼ਣ ਵਾਲੀ ਨਹੀਂ। ਮੰਡੀਆਂ 'ਚ ਜਾਣਗੇ ਅਫਸਰ, ਲੋਕਾਂ ਦੀਆਂ ਸਮੱਸਿਆਵਾਂ ਪਤਾ ਲੱਗਣਗੀਆਂ ਅਤੇ ਹੱਲ ਕਰਨਗੇ। ਪਰ ਜੇ ਦਫ਼ਤਰਾਂ 'ਚ ਬੈਠ ਕੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਆਈ ਤਾਂ ਉਹ ਅਧਿਕਾਰੀਆਂ ਦੇ ਉੱਤੇ ਸਖ਼ਤ ਕਾਰਵਾਈ। ਇਸ ਮੌਕੇ 'ਤੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਅਚਾਨਕ ਧੁਰੀ ਅਨਾਜ ਮੰਡੀ ਦਾ ਦੌਰਾ ਕੀਤਾ ਹੈ। ਉਹਨਾਂ ਕਿਹਾ ਕਿ ਧੁਰੀ ਅਨਾਜ ਮੰਡੀ ਵਿੱਚ ਸਰਕਾਰੀ ਅਧਿਕਾਰੀਆਂ DFC ਨੇ ਕਦੇ ਦੌਰਾ ਨਹੀਂ ਕੀਤਾ, ਸੋ ਸਰਕਾਰ ਤੋਂ ਮੰਗ ਹੈ ਕਿ ਧੁਰੀ ਅਨਾਜ ਮੰਡੀ ਵੱਲ ਧਿਆਨ ਦਿੱਤਾ ਜਾਵੇ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਢਿੱਲੋਂ ਸਾਹਿਬ, ਸਾਡੇ ਰਾਜਵੰਦ ਸਿੰਘ ਕੁੱਲੀ ਚੇਅਰਮੈਨ ਮਾਰਕੀਟ ਕਮੇਟੀ ਧੁਰੀ ਅਤੇ ਪ੍ਰੋਫੈਸਰ ਓਂਕਾਰ ਸਿੰਘ ਜੀ ਸਾਡੀ ਮੰਡੀ ਦਾ ਦੌਰਾ ਕੀਤਾ ਹੈਗਾ, ਕਿਸਾਨਾਂ ਦਾ ਹਾਲ ਚਾਲ ਪੁੱਛਿਆ ਹੈਗਾ। ਬਹੁਤ ਬਿਹਤਰ ਜਿਹੜੀ ਖਰੀਦ ਦਾ ਕੰਮ ਹੈ ਅਤੇ ਪੇਮੈਂਟ ਦਾ ਕੰਮ ਬਹੁਤ ਬਿਹਤਰ ਹੈ, ਪਰ ਕੁਛ ਅਫਸਰਾਂ ਦੀ ਨਲਾਇਕੀ ਹੈ। ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਜਿਹੜੇ ਅਧਿਕਾਰੀ ਨੇ DFSC ਨੇ ਕਦੇ ਗੇੜਾ ਹੀ ਨਹੀਂ ਮਾਰਿਆ, ਜਿਨ੍ਹਾਂ ਨੂੰ ਮੰਡੀ ਦਾ ਹਾਲ ਆ ਕੇ ਦੇਖੇ ਵੀ ਇੱਥੇ ਹਾਲ ਕੀ ਹੈ, ਉਹ ਦਫ਼ਤਰਾਂ 'ਚੋਂ ਨਿਕਲਦੇ ਨਹੀਂ। ਅੱਜ ਇਹਨਾਂ ਨੇ ਯਕੀਨ ਦਵਾਇਆ ਵੀ ਉਹ ਨਿਕਲਣ ਲੱਗੇ ਦਫ਼ਤਰਾਂ 'ਚੋਂ, ਕੋਈ DM ਨਹੀਂ ਆ ਕਿਸੇ 'ਚ ਮੰਡੀ 'ਚ ਗੇੜਾ ਮਾਰਿਆ। ਸੋ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਅਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹੈਗੇ, ਅਗਰ ਬਰਸਾਤ ਹੋ ਜਾਂਦੀ ਤਾਂ ਕਰੋੜਾਂ ਰੁਪਏ ਦਾ ਅਨਾਜ ਖਰਾਬ ਹੋ ਜੂਗਾ। 25% ਲਿਫਟਿੰਗ ਹੋਈ ਹੈ, ਲਿਫਟਿੰਗ ਦੀ ਥੋੜ੍ਹੀ ਸਮੱਸਿਆ ਹੈਗੀ, ਕੋਈ ਜਿਹੜੇ ਠੇਕੇਦਾਰ ਨੇ ਉਹ ਲੇਬਰ ਥੋੜ੍ਹੀ ਜਿਹੀ ਘੱਟ ਲਾਈ ਹੋਈ ਆ ਉਹਨਾਂ ਨੇ। ਕੱਲ੍ਹ ਪਰਸੋਂ ਵੀ ਚੇਅਰਮੈਨ ਸਾਹਿਬ ਨੇ ਕੋਸ਼ਿਸ਼ ਕੀਤੀ ਸੀਗੀ, ਟਰੱਕ ਪੂਰੇ ਮਿਲ ਰਹੇ ਨੇ, ਅਨਲੋਡਿੰਗ ਦੀ ਸਮੱਸਿਆ ਕਰਕੇ ਇਹ ਸਾਰਾ ਨਾ ਬਤਾਈ ਹੈ। ਅਸੀਂ ਇਹਨਾਂ ਨੂੰ ਦੁਬਾਰਾ ਪ੍ਰੋਫੈਸਰ ਸਾਹਿਬ ਅਤੇ ਢਿੱਲੋਂ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਅਫਸਰ ਲੋਬੀ ਆ ਉਹਨਾਂ ਨੂੰ ਬਾਹਰ ਕੱਢ ਕੇ ਮੰਡੀਆਂ 'ਚ ਘੁਮਾਓ ਕਿ ਉਹਨਾਂ ਨੂੰ ਪਤਾ ਲੱਗੇ ਵੀ ਹਾਲਾਤ ਕੀ ਨੇ। ਤੁਰੀ ਤੋਂ ਨਰੇਸ਼ ਅਤਰੀ ਦੇ ਨਾਲ ਕੈਮਰਾਮੈਨ ਅਮਿਤ ਗੁਪਤਾ ਦੀ ਰਿਪੋਰਟ, ਯੁਗਮਾਰਕ TV।